ਜੇ ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਘੋੜੇ ਦੇ ਸਮੇਤ ਇਸ਼ਨਾਨ ਕੀਤਾ। ਪਾਣੀ ਦੇ ਨਾਲ ਜਿੰਨਾ ਘੋੜਾ ਤੇ ਪੋਸਾਕ ਭਿੱਜਾ ਉਨਾ ਹੀ ਬੱਗਾ ਹੋ ਗਿਆ। ਇੱਥੇ ਸ੍ਰੀ ਰਾਮ ਚੰਦਰ ਭਗਵਾਨ ਦੇ ਸਪੁੱਤਰ ਲਾਵਾ ਤੇ ਕੁਸ਼ ਨੇ ਵੀ ਇਸ ਤੀਰਥ ਸਥਾਨ ਤੇ ਇਸ਼ਨਾਨ ਕੀਤਾ। ਇੱਥੇ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਮੌਜੂਦ ਨੇ। ਆਓ ਤੁਹਾਨੂੰ ਦੱਸਦਿਆਂ ਇੱਥੋਂ ਦਾ ਪੂਰਾ ਇਤਿਹਾਸ। ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਗਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਜੱਸੀ ਬਾਗਵਾਲੀ ਜ਼ਿਲ੍ਹਾ ਬਠਿੰਡਾ। ਇੱਥੋਂ ਦਾ ਇਤਿਹਾਸ ਇਹ ਹੈ ਕਿ ਇਹ ਉਹ ਅਸਥਾਨ ਹੈ ਜੋ ਯੁੱਗਾਂ ਤੋਂ ਪੁਰਾਤਨ ਹੈ। ਸਿਵਾ ਜੀ ਦਾ ਵਰ ਪਾ ਕੇ ਇਸ ਤੀਰਥ ਸਥਾਨ ਦਾ ਨਾਮ ਸਵੇਤਸਰ ਪ੍ਰਸਿੱਧ ਹੋਇਆ। ਇਸ ਅਸਥਾਨ 'ਤੇ ਭਾਵ ਕਿ ਤੀਰਥ 'ਤੇ ਸ੍ਰੀ ਰਾਮ ਚੰਦਰ ਭਗਵਾਨ ਜੀ ਦੇ ਸਪੁੱਤਰ ਲਵ ਕੁਸ਼ ਨੇ ਵੀ ਇਸ ਤੀਰਥ 'ਤੇ ਇਸ਼ਨਾਨ ਕੀਤਾ ਅਤੇ ਆਪਣਾ ਕੁੱਲ ਘਾਤੀ ਸਲੋਕ ਉਤਾਰਿਆ। ਭਾਵ ਤੋਂ ਨਿਵਿਰਤ ਹੋਏ ਇੱਥੇ ਹੀ ਬਾਬਾ ਰਾਮਾਨੰਦ ਜੀ ਜਿਨ੍ਹਾਂ ਦਾ ਨਾਮ ਆਲੀ ਸੀ ਅਤੇ ਸ੍ਰੀ ਨਾਰਦ ਮੁਨੀ ਤੋਂ ਵਰ ਪ੍ਰਾਪਤ ਕੀਤਾ। ਜਿਹੜਾ ਕਹੂਗਾ ਆਲੀ ਉਹ ਹੋਜੂਗਾ ਖਾਲੀ, ਜਿਹੜਾ ਕਹੂਗਾ ਰਾਮਾਨੰਦ ਉਹ ਹੋਜੂ ਆਨੰਦ। ਇਸ ਅਸਥਾਨ 'ਤੇ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਫਤਿਹ ਕਰਕੇ ਇੱਥੇ 10 ਦਿਨ ਬਰਾਜੇ ਅਤੇ ਜੋਗੀ ਭਰਥਰੀ ਹੋਰਾਂ ਨੂੰ ਪਿੰਡ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਉਪਦੇਸ਼ ਦਿੱਤਾ। ਜੰਡਾਂ ਦੀ ਲੱਕੜ ਨੂੰ ਸਾਗਵਾਨ ਵਰਗਾ ਵਰ ਦਿੱਤਾ। ਇਸ ਪਿੰਡ ਦੇ ਬਾਬਾ ਸਫਣਾ ਸਿੰਘ ਜੀ ਚੌਧਰੀ ਸੁਰਾਂ ਨੂੰ ਵਰ ਦਿੱਤਾ। ਚੌਧਰੀ ਜੀ ਨੇ 5 ਘੋੜੇ ਰੇਜਾਂ ਦੇ 20 ਰੁਪਏ ਭੇਟ ਕੀਤੇ। ਲੁਹਾਣੇ ਸਿੱਖਾਂ ਨੇ 30 ਮਣ ਗੁੜ ਪ੍ਰਸਾਦ ਭੇਂਟ ਕੀਤਾ। ਗੁਰੂ ਜੀ ਨੇ ਗੁੜ ਪ੍ਰਸਾਦ ਛਕ ਕੇ ਪਾਵਨ ਰਸਨਾਂ ਤੋਂ ਉਚਾਰਨ ਕੀਤਾ, ਜੇ ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਇਸ ਤੀਰਥ 'ਤੇ ਖੁਦ ਪਾਤਸ਼ਾਹ ਜੀ ਨੇ ਘੋੜੇ ਸਮੇਤ ਇਸ਼ਨਾਨ ਕੀਤਾ। ਪਾਣੀ ਨਾਲ ਜਿੰਨਾ ਗੁਰੂ ਜੀ ਦਾ ਘੋੜਾ ਅਤੇ ਪੋਸਾਕ ਭਿੱਜਾ ਉਨਾ ਹੀ ਬੱਗਾ ਹੋ ਗਿਆ। ਇੱਥੋਂ ਹੀ ਇਸ ਤੀਰਥ ਅਸਥਾਨ ਦਾ ਨਾਮ ਸ੍ਰੀ ਬਗਸਰ ਸਾਹਿਬ ਪਿਆ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਵੇਲੇ ਦੇ ਸ਼ਸਤਰ ਵੀ ਮੌਜੂਦ ਨੇ ਜਿਨ੍ਹਾਂ ਦੀ ਵਰਤੋਂ ਗੁਰੂ ਸਾਹਿਬ ਜੰਗਾਂ ਦੇ ਵਿੱਚ ਕਰਦੇ ਰਹੇ ਹਨ। 1 ਰਾਈਫਲ, 2 ਖੰਡੇ, ਤਲਵਾਰ, ਛੋਟੇ ਖੰਡੇ, ਚੱਕਰ, ਗੁਰੂ ਸਾਹਿਬ ਜੀ ਦੇ ਇਹ ਸ਼ਸਤਰ ਇੱਥੇ ਅੱਜ ਵੀ ਮੌਜੂਦ ਨੇ ਜਿਨ੍ਹਾਂ ਦੇ ਸੰਗਤਾਂ ਦਰਸ਼ਨ ਕਰਦੀਆਂ ਹਨ। ਇਹ ਸੀ ਇੱਥੋਂ ਦਾ ਇਤਿਹਾਸ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ। ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।